ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਪਰ ਕਈ ਵਾਰ ਡਾਕਟਰ ਦੀ ਲਾਪਰਵਾਹੀ ਦੇ ਚੱਲਦਿਆਂ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਇੱਕ ਮਾਮਲਾ ਬਰਨਾਲਾ ਦੇ ਸਿਵਲ ਹਸਪਤਾਲ 'ਚ ਸਾਹਮਣੇ ਆਇਆ ਹੈ, ਜਿੱਥੇ ਗਾਇਨੀ ਡਾਕਟਰ ਦੇ ਡਿਲੀਵਰੀ ਦੌਰਾਨ ਲਾਪਰਵਾਹੀ ਵਰਤਣ ਦੇ ਆਰੋਪ ਲੱਗੇ ਹਨ ਅਤੇ ਡਾਕਟਰ ਦੀ ਲਾਪਰਵਾਹੀ ਦੇ ਚੱਲਦਿਆਂ ਨਵ ਜਨਮੇ ਬੱਚੇ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕਾਫ਼ੀ ਮੁਸ਼ਕਤ ਤੋਂ ਬਾਅਦ ਡਾਕਟਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਪੂਰੇ ਇਨਸਾਫ਼ ਦੀ ਮੰਗ ਕਰਦੇ ਹਨ। ਕੀ ਗੱਲ ਹੋਈ ਉਦੋਂ? ਹਾਂਜੀ, ਬੱਚਾ ਬੱਚਾ ਨਾਲ ਤਾਂ ਹੈ ਨਹੀਂ ਸੀ ਜੀ, ਉਹਦੇ ਨੌਂ ਨੂੰ ਵੱਜੇ ਵੀ ਸੀ, ਧੌਣ ਟੁੱਟੀ ਵੀ ਸੀ ਜੀ ਬੱਚੇ ਦੀ। ਉਹਨਾਂ ਨੇ ਇੱਕ ਐਨੀ ਵੀ ਨੌਂ ਵੱਜੇ ਵੀ ਬੱਚੇ ਦੇ, ਆਪ ਇੱਕ ਜਾਣ ਹੀ ਮਸਾਂ ਬੱਚੀ ਆਪਦੀ, ਅਤੇ ਐਨੀ ਸੀ ਵੀ ਜਾਨ ਬਚ ਜੂਗੀ, ਅਤੇ ਇੱਕ ਹਾਲਤ ਚੰਗੀ ਨਹੀਂ ਸੀ ਜੀ, ਮਸਾਂ ਹੀ ਬਚੀ ਹੈ ਜੀ ਆਪਦੀ। ਨਿਆਲਕਾ ਡਾਕਟਰ ਨੇ ਜੀ ਸਾਡੇ ਨਾਲ ਲਾਹਪਾਰੀ ਕਰੀ ਸੀ। ਅੱਜ ਦਾ ਬੱਚਾ ਮੇਰੇ ਕੋਲ ਨਹੀਂ ਹੁੰਦਾ, ਅਸੀਂ ਦਿਨ ਖੁਸ਼ੀਆਂ ਮਨਾਉਂਦੇ, ਅੱਜ ਦਾ ਦਿਨ ਸਾਡੇ ਕੋਲ ਬੱਚਾ ਨਹੀਂ, ਅਸੀਂ ਹਿਸਾਬ ਮੰਗਦੇ ਹਾਂ ਉਹ ਤੋਂ, ਸਾਨੂੰ ਹਿਸਾਬ ਦੇਵੇ ਤਾਂ। ਅਸੀਂ ਮੰਗ ਤਾਂ ਹੀ ਕਰਦੇ ਹਾਂ ਵੀ ਬਸ ਸਾਡੀ ਕਿਤੇ ਨਹੀਂ ਸੁਣੀ ਗਈ, ਸਾਨੂੰ ਸਹੀ ਇਨਸਾਫ਼ ਮਿਲੇ ਅਤੇ ਅੱਗੇ ਤੋਂ ਕਿਸੇ ਨਾਲ ਹੋਰ ਨਾ ਹੋਵੇ। ਜਿਵੇਂ ਉਦੋਂ ਬਾਅਦ ਤੁਸੀਂ ਕੋਰਟ 'ਚ ਵੀ ਗਏ? ਹਾਂ ਜੀ, ਹੁਣ ਸਾਡਾ ਕੋਰਟ 'ਚ ਪਾਇਆ ਹੋਇਆ, ਸਾਨੂੰ ਕੋਰਟ ਵੱਲੋਂ ਹੁਣ ਉਹਤੇ ਪਰਚਾ ਦਰਜ ਹੋ ਗਿਆ ਜੀ, ਹਜੇ ਕੋਈ ਇਨਸਾਫ਼ ਨਹੀਂ ਮਿਲਿਆ ਵੀ ਪੈਸੇ ਦੇ ਕੇ ਉੱਥੋਂ ਵੀ ਨਿਕਲ ਜੂਗੀ, ਅਤੇ ਮੈਨੂੰ ਤਾਂ ਲੱਗਦਾ ਤਕੜੇ ਘਰੋਂ ਆ, ਲੱਗਦਾ ਨਹੀਂ ਵੀ ਇਨਸਾਫ਼ ਮਿਲੂਗਾ ਜੀ। ਐਲੀਗੇਸ਼ਨ ਇਹ ਸੀਗੇ ਵੀ ਇੱਕ ਡਾਕਟਰ ਦੀ ਲਾਪਰਵਾਹੀ ਨਾਲ ਹੋਇਆ, ਸਾਡੇ ਕੋਲ ਇੰਸਟਰਕਸ਼ਨ ਨੇ ਅਗਰ ਕੋਈ ਡਾਕਟਰ ਦੀ ਅਣਗਹਿਲੀ ਐਸਟੈਬਲਿਸ਼ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਬੋਰਡਸ ਆਫ ਡਾਕਟਰਸ ਤੋਂ ਓਪੀਨੀਅਨ ਲਿਆ ਜਾਂਦਾ, ਇਸ ਕਰਕੇ ਕੇਸ ਪਹਿਲਾਂ ਰੈਫਰ ਕੀਤਾ ਗਿਆ ਹੈਲਥ ਡਿਪਾਰਟਮੈਂਟ ਨੂੰ। ਬੋਰਡਸ ਆਫ ਡਾਕਟਰ ਨੇ ਇਹਦਾ ਇਨਕੁਆਇਰੀ ਕੀਤੀ, ਉਹਨਾਂ ਨੇ ਇਹ ਗੱਲ ਸਥਾਪਿਤ ਕੀਤੀ ਜੋ ਐਲੀਗੇਸ਼ਨ ਨੇ ਉਹ ਸਹੀ ਨੇ, ਇਸ ਦੇ ਬਾਅਦ ਕਾਨੂੰਨੀ ਰਾਏ ਲਈ ਗਈ। ਹੁਣ ਸਾਰਾ ਪ੍ਰੋਸੈਸ ਮੁਕੰਮਲ ਹੋਣ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ। ਤਫਤੀਸ਼ ASI ਕਰਮ ਸਿੰਘ ਦੇ ਹੈਂਡਓਵਰ ਕਰ ਦਿੱਤੀ ਆ ਅਤੇ ਅਗਲੀ ਤਫਤੀਸ਼ ਅਮਲ ਵਿੱਚ ਲੱਗਦੀ ਹੈ। ਡਾਕਟਰ ਨੂੰ ਅਰੈਸਟ ਕੀਤਾ ਜਾਊਗਾ ਜੀ, ਨੋਟਿਸ ਭੇਜ ਦਿੱਤਾ ਗਿਆ। ਬਰਨਾਲਾ ਤੋਂ ਪ੍ਰਵੀਨ ਰਿਸ਼ਦ ਦੀ ਰਿਪੋਰਟ, ਚੈਨਲ 2।